का फंडा, फोन का फंडा। मेरा गाना चला दो। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਿਧਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਲਕਮ, ਸਵਾਗਤ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਫੋਨ ਕਾ ਫੰਡਾ ਦੇ ਵਿੱਚ। ਸੋ ਲਓ ਜੀ, ਕੀ ਕਰਨਾ, ਲਾਈਵ ਪ੍ਰੋਗਰਾਮ ਲੈ ਕੇ ਆ ਜਾਂਦੇ ਹਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਤੁਹਾਡੇ ਘਰਾਂ ਤੱਕ, ਤੁਹਾਡੇ ਟੀਵੀ ਸਕਰੀਨ ਦੇ ਉੱਪਰ ਚੜ੍ਹਦੀ ਕਲਾ ਟਾਈਮ ਟੀਵੀ ਲਗਾਉਣਾ ਹੁੰਦਾ ਤਾਂ ਸਾਨੂੰ ਇੱਕ ਕਾਲ ਕਰਨਾ ਹੁੰਦਾ, ਬਸ ਉਸ ਤੋਂ ਬਾਅਦ ਸਾਡੇ 'ਤੇ ਛੱਡ ਦਿਓ, ਗੱਲ ਕਰਨੀ ਹੈ। ਤੁਸੀਂ ਆਪਦੇ ਫੇਵਰੇਟ ਸਿੰਗਰ ਦਾ ਗਾਣਾ ਸੁਣ ਸਕਦੇ ਹੋ, ਆਪਣਾ ਨਾਮ ਦੱਸਣਾ, ਸ਼ਹਿਰ ਦਾ ਨਾਮ ਦੱਸਣਾ ਅਤੇ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਇਹ ਦੱਸ ਦੇਣਾ ਬਸ। ਅਤੇ ਹਾਂ, ਅੱਜ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਬਸੰਤ ਪੰਚਮੀ ਵੀ ਹੈ, ਅਤੇ ਪਹਿਲਾਂ ਤਾਂ ਬਸੰਤ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਸਭ ਨੂੰ ਹੀ। ਔਰ ਕੀ ਹੈ ਇਹ ਬਸੰਤ ਪੰਚਮੀ, ਔਰ ਸਭ ਨੂੰ ਪਤਾ ਹੈ ਕੀ ਹੈ, ਅੱਜ ਤੋਂ ਵੈਸੇ ਸਾਡੇ ਜਿਹੜੀ ਸਪਰਿੰਗ ਵੱਲ, ਯਾਨੀ ਕਿ ਜਿਹੜੀ ਕਿ ਗਰਮੀਆਂ ਵੱਲ ਵਧਣ ਦੀ ਸ਼ੁਰੂਆਤ ਹੋ ਜਾਣੀ ਹੈ। ਸੋ ਅੱਜ ਦੇ ਦਿਨ ਹੁੰਦਾ ਹੈ ਨਾ ਕਿ ਜਿਹੜੀ ਸਰਦੀ ਤੋਂ ਅਸੀਂ ਥੋੜ੍ਹਾ ਜਿਹਾ ਪਿੱਛਾ ਛਡਾਉਣਾ ਸ਼ੁਰੂ ਕਰ ਦਿੰਦੇ ਹਾਂ, ਇਸ ਤੋਂ ਬਾਅਦ ਹੁਣ ਡੇ ਬਾਏ ਡੇ ਮੌਸਮ ਦੇ ਵਿੱਚ ਥੋੜ੍ਹੀ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ। ਸੋ ਸੈਲੀਬ੍ਰੇਟ ਕਰਦੇ ਹਾਂ ਅੱਜ ਦੇ ਦਿਨ, ਜਿੱਥੇ ਜਾਂਦੇ ਹਾਂ ਆਪਾਂ ਮੰਦਰ ਗੁਰਦੁਆਰਿਆਂ 'ਚ ਨਤਮਸਤਕ ਹੁੰਦੇ ਹਾਂ, ਮੱਥਾ ਟੇਕਦੇ ਹਾਂ, ਹੈ ਨਾ। ਸੋ ਹਰ ਕੋਈ ਆਪਦੇ ਆਪਦੇ ਇਸ ਚੀਜ਼ ਦਾ ਇਜ਼ਹਾਰ ਕਰਦਾ, ਹੈ ਨਾ। ਸੋ ਕੋਈ ਪਤੰਗ ਉਡਾ ਰਿਹਾ, ਕੋਈ ਕੁਛ ਕਰ ਰਿਹਾ, ਸੋ ਕੋਈ ਕੁਛ ਕਰ ਰਿਹਾ। ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਮਨਾ ਇਹੀ ਕਰਦੇ ਹਾਂ ਕਿ ਆਉਣ ਵਾਲੀ ਜਿਹੜੀ ਮੌਸਮ ਹੈ, ਆਉਣ ਵਾਲੀ ਜਿਹੜੀ ਗਰਮੀ ਦੀ ਜਿਹੜੀ ਬਹਾਰ ਆਉਣ ਵਾਲੀ ਹੈ, ਇਹ ਵੀ ਸਭ ਲਈ ਵਧੀਆ ਹੋਏ। ਭਾਈ ਆਪਾਂ ਇੱਕ ਚੀਜ਼ 'ਤੇ ਰਹਿੰਦੇ ਨਹੀਂ ਆ ਹਮੇਸ਼ਾ, ਮਤਲਬ ਇੱਕ ਚੀਜ਼ 'ਤੇ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੇ ਆਪਾਂ। ਜਿਵੇਂ ਆਪਾਂ ਜਦੋਂ ਗਰਮੀਆਂ ਆਉਂਦੀਆਂ, ਸਰਦੀਆਂ ਦੀ ਡਿਮਾਂਡ ਸ਼ੁਰੂ ਹੋ ਜਾਂਦੀ ਹੈ, ਯਾਰ ਠੰਡ ਵਧੀਆ ਸੀ, ਪਰ ਜਦੋਂ ਠੰਡ ਆਉਂਦੀ ਹੈ ਉਦੋਂ ਗਰਮੀਆਂ ਦੀ ਡਿਮਾਂਡ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਇੱਦਾਂ ਦੀ ਕੁਛ ਗੱਲਬਾਤ ਕਰਾਂਗੇ ਅੱਜ ਦੇ ਇਸ ਐਪੀਸੋਡ ਦੇ ਵਿੱਚ, ਮੌਸਮ ਨੂੰ ਹੀ ਲੈ ਕੇ ਗੱਲ ਕਰਾਂਗੇ। ਪਰ ਉਹਦੇ ਲਈ ਤੁਹਾਨੂੰ ਕਾਲ ਕਰਨਾ ਪੈਣਾ, ਜਿਹੜਾ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ 9161 92 162। ਜਦੋਂ ਤੱਕ ਕੋਈ ਕਾਲਰ ਕਾਲ ਕਰ ਰਹੇ ਨੇ, ਆਈ ਥਿੰਕ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਪ੍ਰੋਗਰਾਮ, ਉਦੋਂ ਤੱਕ ਥੋੜ੍ਹਾ ਜਿਹਾ ਮਾਹੌਲ ਬਣ ਜਾਂਦਾ ਯਾਰ। ਸੋ ਆਓ ਗਾਣਾ ਇੰਜੋਏ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ, ਪ੍ਰੋਗਰਾਮ ਦਾ ਆਗਾਜ਼, ਹੈ ਨਾ, ਸੋ ਸ਼ਬਦ ਹੀ ਕਹਿ ਸਕਦੇ ਹਾਂ, ਸ਼ਬਦ ਦੇ ਜ਼ਰੀਏ ਇੱਕ ਅਰਦਾਸ ਦੇ ਜ਼ਰੀਏ, ਹੈ ਨਾ। ਸੋ ਹਰ ਜਗ੍ਹਾ ਵੈਸੇ ਜਿੱਥੇ ਕਾਇਨਾਤ ਦੀ ਗੱਲ ਕਰਦੇ ਹਾਂ, ਕੁਦਰਤ ਦੀ ਗੱਲ ਕਰਦੇ ਹਾਂ, ਰੱਬ ਦੀ ਨਵਾਜ਼ੀ ਹੋਈ ਕੁਦਰਤ, ਰੱਬ ਦੀ ਬਣਾਈ ਹੋਈ ਇੱਕ ਕੁਦਰਤ। ਸੋ ਅੱਜ ਤੋਂ ਬਾਅਦ ਜਿਹੜਾ ਹੁਣ ਜਿਹੜੇ ਸਾਡੇ ਪੇੜ ਪੌਦੇ ਆ, ਹੈ ਨਾ, ਦੁਬਾਰਾ ਤੋਂ ਹਰੇ ਹੋਣੇ ਸ਼ੁਰੂ ਹੋ ਜਾਣੇ ਆ। ਸੋ ਆਪਾਂ ਹਰਿਆਲੀ ਵੱਲ ਵਧਣਾ ਸ਼ੁਰੂ ਕਰ ਦੇਣਾ। ਸੋ ਇਹ ਚੀਜ਼ ਦਾ ਵੀ ਕਿਤੇ ਨਾ ਕਿਤੇ ਹਰ ਸਾਲ ਇੰਤਜ਼ਾਰ ਰਹਿੰਦਾ, ਰਾਈਟ। ਸੋ ਹਰ ਚੀਜ਼ ਕਿਤੇ ਨਾ ਕਿਤੇ ਜੁੜੀ ਹੋਈ ਹੈ, ਅਸੀਂ ਸਾਰੇ ਇੱਕ ਕਾਇਨਾਤ ਦੇ ਵਿੱਚ ਆਪਦੀ ਡਿਊਟੀ ਕਰ ਰਹੇ ਹਾਂ। ਸੋ ਅੱਜ ਤੋਂ ਜਿਹੜੀ ਕਾਇਨਾਤ ਦੀ ਡਿਊਟੀ ਆ, ਉਹਨਾਂ ਦੀ ਆਪਣੀ ਡਿਊਟੀ ਸ਼ੁਰੂ ਹੋ ਜਾਂਦੀ ਹੈ। ਸੋ ਭਾਈ ਡਿਊਟੀਜ਼ ਨੇ, ਹੈ ਨਾ, ਸੋ ਡਿਊਟੀਜ਼ ਕਰਦੇ ਰਹੀਏ ਤਾਂ ਹਰ ਇੱਕ ਚੀਜ਼ ਬੜੀ ਪੈਰਲਰ ਚੱਲਦੀ ਰਹਿੰਦੀ ਹੈ। ਲਾਈਕ ਜਿਵੇਂ ਅਸੀਂ ਡਿਊਟੀ ਕਰਦੇ ਹਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ, ਸੋ ਹਰ ਇੱਕ ਤਰ੍ਹਾਂ ਦੀ ਡਿਊਟੀ ਹੁੰਦੀ ਹੈ। ਸੋ ਪਰ ਤੁਸੀਂ ਆਪਦੇ ਇਸ ਬਸੰਤ ਪੰਚਮੀ ਨੂੰ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ, ਜਾਂ ਇਸ ਟਾਈਮ ਤੁਹਾਡੇ ਮਨ ਦੇ ਵਿੱਚ ਕਿੱਦਾਂ ਦੀ ਕੋਈ ਚੀਜ਼ਾਂ ਚੱਲ ਰਹੀਆਂ ਨੇ, ਇੱਦਾਂ ਦੀ ਗੱਲਬਾਤ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ। ਅਤੇ ਹਾਂ, ਜਦੋਂ ਵੀ ਕਾਲ ਕਰਨਾ, ਟੀਵੀ ਦੀ ਆਵਾਜ਼ ਘੱਟ ਰੱਖਣੀ ਹੈ। ਆਓ ਗੱਲ ਕਰਦੇ ਹਾਂ। ਹੈਲੋ ਰਤਨਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ, ਸਵਾਗਤ ਜੀ ਪ੍ਰੋਗਰਾਮ 'ਚ। ਨਾਮ ਦੱਸ ਦਿਓ, ਸ਼ਹਿਰ ਦਾ ਨਾਮ ਦੱਸ ਦਿਓ ਦਰਸ਼ਕਾਂ ਨੂੰ। ਜੀ ਜੀ, ਦਵਿੰਦਰਪਾਲ ਸ਼ਰਮਾ, ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ ਜੀ। ਕੀ ਹਾਲ ਨੇ ਦਵਿੰਦਰ ਵੀਰੇ? ਬਹੁਤ ਵਧੀਆ ਜੀ, ਬਹੁਤ ਵਧੀਆ, ਕਿਰਪਾ ਪਰਮਾਤਮਾ ਦੀ, ਕਿਰਪਾ ਹੀ ਚਾਹੀਦੀ ਹੈ ਜੀ। ਬਸੰਤ ਪੰਚਮੀ ਦੀਆਂ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ। ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ, ਤੇ ਸਾਰੀ ਚੜ੍ਹਦੀ ਕਲਾ ਦੀ ਟੀਮ, ਟਾਈਮ ਟੀਵੀ ਦੀ, ਆਪਣੇ ਫੋਨ ਕੇ ਫੰਡੇ ਪ੍ਰੋਗਰਾਮ ਦੀ ਸਾਰੀ ਟੀਮ ਨੂੰ, ਤੇ ਸਾਰੇ ਜਿੰਨੇ ਆਪਣੇ ਸਰੋਤੇ ਆ ਜਿਹੜੇ ਪ੍ਰੋਗਰਾਮ ਦੇਖ ਰਹੇ ਆ, ਉਹਨਾਂ ਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਇੱਕ ਮੁਬਾਰਕਬਾਦ ਮੈਂ ਹੋਰ ਦੇਣੀ ਚਾਹੁੰਦਾ ਜੀ ਅੱਜ ਦਾ ਪ੍ਰੋਗਰਾਮ ਦੇ ਜ਼ਰੀਏ ਜੀ। ਇਕਬਾਲ ਸਿੰਘ ਹਠੂਰ, ਉਹਨਾਂ ਦੀ ਬੇਟੀ ਨਵਜੋਤ ਕੌਰ ਜੱਸਲ ਤੇ ਜਵਾਈ ਹਰਪ੍ਰੀਤ ਸਿੰਘ ਜੱਸਲ, ਜਿਹਨਾਂ ਦੀ ਅੱਜ ਮੈਰਿਜ ਐਨਵਰਸਰੀ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਨੂੰ ਮੇਰੇ ਵੱਲੋਂ ਵੀ ਜੀ। ਜੀ ਬਿਲਕੁਲ ਜੀ ਬਿਲਕੁਲ।
ਤੇ ਸ਼ੁਕਰੀਆ ਮਿਹਰਬਾਨੀ ਦਵਿੰਦਰ ਵੀਰੇ ਕਾਲ ਕਰਨ ਲਈ, ਧੰਨਵਾਦ ਧੰਨਵਾਦ ਜੀ। ਦੇਖਿਆ ਮੈਂ ਡਿਊਟੀਜ਼ ਦੀ ਗੱਲ ਕਰ ਰਿਹਾ ਸੀ, ਸੋ ਜਿੱਥੇ ਸਾਡੀ ਮਿੱਤਰਤਾ ਹੁੰਦੀ ਹੈ ਹੈ ਨਾ, ਦੋਸਤੀ ਹੁੰਦੀ ਹੈ, ਜਿੱਥੇ ਪਿਆਰ ਹੁੰਦਾ ਹੈ, ਸੋ ਇਕਬਾਲ ਹਟੂਰ ਸਾਡੇ ਪ੍ਰੋਗਰਾਮ ਦੇ ਕਾਲਰ ਨੇ ਵੀ, ਸੋ ਇਹਨਾਂ ਦੇ ਅੱਜ ਬੇਟੀ ਔਰ ਇਹਨਾਂ ਦੇ ਅੱਜ ਜਵਾਈ, ਉਹਨਾਂ ਦੀ ਅੱਜ ਵਿਆਹ ਦੀ ਵਰੇਗੰਢ ਯਾਨੀ ਕਿ ਮੈਰਿਜ ਐਨਵਰਸਰੀ ਹੈ, ਨਵਜੋਤ ਕੌਰ ਜੱਸਲ ਅਤੇ ਹਰਪ੍ਰੀਤ ਸਿੰਘ ਜੱਸਲ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਚੜ੍ਹਦੀ ਕਲਾ ਟਾਈਮ ਟੀ ਵੀ ਵੱਲੋਂ ਵੀ। ਇੱਦਾਂ ਹੀ ਖੁਸ਼ੀਆਂ ਮਾਣਦੇ ਰਹੋ ਅਤੇ ਤੁਹਾਡੀ ਜੋੜੀ ਸਲਾਮਤ ਰਹੇ। ਔਰ ਵੈਸੇ ਵੀ ਅੱਜ 14 ਫਰਵਰੀ ਦਾ ਦਿਨ ਹੈ, ਹੈ ਨਾ, ਪਿਆਰ ਦਾ ਦਿਨ ਵੀ ਕਿਹਾ ਜਾਂਦਾ, ਸੋ ਇਹ ਦਿਨ ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਹੀ ਯਾਦਗਾਰ ਬਣਿਆ ਰਹੇ। ਗਾਣਾ ਰੈਡੀ ਹੈ, ਆਓ ਫਿਰ ਆਪਾਂ ਗਾਣਾ ਇੰਜੋਏ ਕਰਦੇ ਹਾਂ। ਕਾਲਰ ਨਾਲ ਗੱਲ ਕਰਦੇ ਹਾਂ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਰਤਨ ਜੀ? ਦਇਆ ਕਿਰਪਾ ਕਿਰਪਾ ਹੀ ਚਾਹੀਦੀ ਹੈ ਜੀ। ਮੁਬਾਰਕਾਂ ਬਸੰਤ ਪੰਚਮੀ ਦੀਆਂ ਜੀ। ਹਾਂਜੀ ਸਭ ਜੀ ਜੀ ਜੀ। ਪਹਿਲਾਂ ਤਾਂ ਇਹ ਦੱਸ ਦਿਓ ਗਾਣਾ ਕਿਹੜੇ ਸਿੰਗਰ ਦਾ ਸੁਣੋਗੇ? ਗਾਣਾ ਤੁਸੀਂ ਆਪਣੀ ਮਰਜ਼ੀ ਦਾ ਹੀ ਸੁਣਾ ਦਿਆਂਗੇ, ਅਤੇ ਮੈਂ ਦਰਸ਼ਕਾਂ ਨੂੰ ਵੀ ਦੱਸਦਾ ਅਤੇ ਰਤਨ ਜੀ ਤੁਹਾਨੂੰ ਵੀ ਦੱਸਦਾ, ਜਿਵੇਂ ਤੁਸੀਂ ਸਵਾਲ ਲੈ ਕੇ ਆਉਂਦੇ ਹੋ ਹੈ ਨਾ, ਕੋਈ ਨਾ ਕੋਈ ਨੌਲੇਜ ਵਾਲੀ ਗੱਲ ਲੈ ਕੇ ਆਉਂਦੇ ਹੋ, ਰਾਈਟ? ਅਤੇ ਬਹੁਤ ਸਾਰੇ ਦਰਸ਼ਕ ਜੁੜਦੇ ਨੇ, ਦੇਖਦੇ ਵੀ ਨੇ, ਇਹ ਚੀਜ਼ਾਂ ਬਹੁਤ ਘਰਾਂ ਤੱਕ ਪਹੁੰਚਦੀਆਂ ਵੀ ਨੇ। ਇੱਕ ਸਵਾਲ ਜਿਹੜਾ 2 ਐਪੀਸੋਡ ਤੋਂ ਚੱਲ ਰਿਹਾ, ਜਿਹਦਾ ਆਂਸਰ ਹਾਲੇ ਤੱਕ ਕਿਸੇ ਨੇ ਨਹੀਂ ਦਿੱਤਾ, ਚਲੋ ਆਪਾਂ ਇਹਦਾ ਆਂਸਰ ਦੇ ਦਿੰਦੇ ਹਾਂ, ਅਤੇ ਨਾਲ ਇੱਕ ਹੋਰ ਚੀਜ਼ ਦੱਸ ਦਿੰਦਾ ਮੈਂ ਤੁਹਾਨੂੰ ਕਿ ਆਂਸਰ ਦੇਣਾ ਕਿਉਂ ਜ਼ਰੂਰੀ ਹੁੰਦਾ, ਥੋੜ੍ਹਾ ਜਿਹਾ ਹੋਰ ਇੰਟਰਸਟਿੰਗ ਬਣਾ ਦਿੰਦੇ ਹਾਂ ਅੱਜ ਤੋਂ ਆਪਾਂ ਇਸ ਚੀਜ਼ ਨੂੰ, ਕਿ ਜੇ ਤੁਸੀਂ ਕੋਈ ਸਵਾਲ ਲੈ ਕੇ ਆਉਂਦੇ ਹੋ, ਰਾਈਟ, ਜਾਂ ਅਸੀਂ ਕੋਈ ਸਵਾਲ ਕਰਦੇ ਹਾਂ, ਕੋਈ ਨੌਲੇਜ ਵਾਲੀ ਗੱਲ ਕਰਦੇ ਹਾਂ, ਸਵਾਲ ਕਰਦੇ ਹਾਂ, ਤਾਂ ਤੁਸੀਂ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਨੈਟਵਰਕ ਜਿੰਨੇ ਵੀ ਪਲੈਟਫਾਰਮ ਹੈਗੀਆਂ, ਤੁਸੀਂ ਇੱਕ ਤਾਂ ਲਾਈਕ ਸ਼ੇਅਰ ਫੋਲੋ ਕਰਨਾ ਹੈਗਾ, ਠੀਕ ਹੈ ਜੀ? ਪਲੱਸ ਜਿਹੜਾ ਵੀ ਕਾਲਰ, ਜਿਹੜਾ ਵੀ ਦਰਸ਼ਕ ਇਸ ਸਵਾਲ ਦਾ ਜਵਾਬ ਪਹਿਲਾਂ ਦਊਗਾ, ਤਾਂ ਉਹਨੂੰ ਚੜ੍ਹਦੀ ਕਲਾ ਵੱਲੋਂ ਇੱਕ ਗਿਫਟ ਵੀ ਦਿੱਤਾ ਜਾਊਗਾ। ਇਹ ਅੱਜ ਤੋਂ ਮੈਂ ਤੁਹਾਨੂੰ ਦੱਸ ਰਿਹਾ, ਪਰ ਫਿਲਹਾਲ ਜਿਹੜਾ ਸਵਾਲ ਪੁੱਛਿਆ ਸੀ ਉਹਦਾ ਅੱਜ ਮੈਂ ਆਂਸਰ ਦੇ ਦਿੰਦਾ, ਕਿ ਜਿਹੜਾ ਰਤਨ ਜੀ ਨੇ ਸਵਾਲ ਪੁੱਛਿਆ ਸੀ, ਰਤਨ ਜੀ ਤੁਸੀਂ ਉਹੀ ਉਸ ਸਵਾਲ ਦਾ ਜਵਾਬ ਦੱਸ ਦਿਓ ਦਰਸ਼ਕਾਂ ਨੂੰ। ਉਹ ਬਾਬਰ ਬਾਦਸ਼ਾਹ। ਹਾਂਜੀ, ਸੋ ਸਵਾਲ ਪੁੱਛਿਆ ਸੀ, ਉਹ ਕਿਹੜਾ ਬਾਦਸ਼ਾਹ ਸੀ ਜਿਹਦਾ ਬੇਟਾ ਬਿਮਾਰ ਸੀ, ਦਵਾਈਆਂ ਕੋਈ ਕੰਮ ਨਹੀਂ ਆਈਆਂ ਸੀ, ਉਹ ਬਿਮਾਰ ਸੀ, ਫਿਰ ਉਸਨੇ ਰੱਬ ਅੱਗੇ ਦੁਆ ਕੀਤੀ, ਅਰਦਾਸ ਕੀਤੀ ਕਿ ਮੇਰੀ ਇਹਦੀ ਜਗ੍ਹਾ 'ਤੇ ਮੈਂ ਬਿਮਾਰ ਹੋਣਾ ਮਨਜ਼ੂਰ ਕਰਦਾ, ਮੈਂ ਬਿਮਾਰ ਹੋ ਜੂੰਗਾ, ਇਹਨੂੰ ਠੀਕ ਕਰ ਦਿਓ, ਮੈਂ ਮਰ ਵੀ ਜਾਊਂਗਾ। ਸੋ ਇਹੀ ਚੀਜ਼ ਹੋਈ, ਬਾਬਰ ਠੀਕ ਆਪਣਾ ਠੀਕ ਸੀ, ਬਿਮਾਰ ਹੋ ਗਿਆ, ਉਹਦਾ ਬੇਟਾ ਸੀ ਹਮਾਯੂ, ਸੋ ਉਹ ਬਿਮਾਰ ਸੀ, ਸੋ ਉਹਦਾ ਹਮਾਯੂ ਪੁੱਤਰ ਹੈ ਜਿਹੜਾ ਉਹ ਠੀਕ ਹੋ ਗਿਆ ਸੀ ਫਿਰ। ਸੋ ਇਹ ਸਵਾਲ ਸੀਗਾ ਜਿਹਦਾ ਕਿ ਕਿਸੇ ਨੇ ਜਵਾਬ ਨਹੀਂ ਦਿੱਤਾ ਸੀ, ਪਰ ਜਿਨ੍ਹਾਂ ਨੇ ਸਵਾਲ ਕੀਤਾ ਸੀ ਉਹਨਾਂ ਨੇ ਜਵਾਬ ਦੇ ਦਿੱਤਾ। ਸੋ ਇਹਦਾ ਸਵਾਲ ਦਾ ਜਵਾਬ ਸੀਗਾ, ਇਹ ਸਾਡੀ ਹਿਸਟਰੀਜ਼ ਦੇ ਵਿੱਚ ਹੈਗੀਆਂ ਇਹ ਚੀਜ਼ਾਂ, ਸੋ ਸਾਨੂੰ ਪਤਾ ਹੋਣੀਆਂ ਚਾਹੀਦੀਆਂ, ਨੌਲੇਜ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੀ। ਸੋ ਅੱਜ ਤੋਂ ਇਹ ਚੀਜ਼ ਸ਼ੁਰੂ ਕਰ ਰਹੇ ਹਾਂ ਜੀ, ਫੇਸਬੁੱਕ 'ਤੇ ਪ੍ਰੋਗਰਾਮ ਦੇ ਚੱਲਦੇ ਚੱਲਦੇ ਤੁਸੀਂ ਜਿਹੜਾ ਵੀ ਸਵਾਲ ਪੁੱਛਿਆ ਜਾਊਗਾ ਉਹਦਾ ਜਿਹੜਾ ਵੀ ਪਹਿਲੇ ਨੰਬਰ 'ਤੇ ਆਂਸਰ ਦੇਗਾ, ਪ੍ਰੋਗਰਾਮ ਦੇ ਲਾਸਟ ਦੇ ਵਿੱਚ ਉਹਦਾ ਨਾਮ ਦੱਸਾਂਗਾ ਅਤੇ ਉਹਨਾਂ ਨੂੰ ਗਿਫਟ ਵੀ ਭੇਜਿਆ ਜਾਊਗਾ, ਠੀਕ ਹੈ? ਸੋ ਅੱਜ ਜਿੰਨਾ ਵੀ ਕੁਛ ਚੱਲ ਰਿਹਾ ਤੁਸੀਂ ਫੋਲੋ ਕਰ ਲੈਣਾ, ਫੇਸਬੁੱਕ 'ਤੇ ਜਾ ਕੇ, ਇੰਸਟਾਗ੍ਰਾਮ 'ਤੇ ਜਾ ਕੇ, ਐਕਸ 'ਤੇ ਜਾ ਕੇ, ਪਲੱਸ ਯੂਟਿਊਬ ਚੜ੍ਹਦੀ ਕਲਾ ਟਾਈਮ ਟੀ ਵੀ ਪ੍ਰਾਈਮ ਚੈਨਲ ਸਬਸਕ੍ਰਾਈਬ ਕਰਨਾ ਹੈ, ਠੀਕ ਹੈ ਜੀ? ਸ਼ੁਕਰੀਆ ਮਿਹਰਬਾਨੀ ਰਤਨ ਜੀ ਕਾਲ ਕਰਨ ਲਈ, ਧੰਨਵਾਦ ਹੈ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਫੇਸਬੁੱਕ, ਠੀਕ ਹੈ, ਯਾਦ ਰੱਖਣਾ, ਨੈਕਸਟ ਐਪੀਸੋਡ ਤੋਂ ਇਹ ਚੀਜ਼ ਸ਼ੁਰੂ ਕਰਾਂਗੇ, ਨਾਲ 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 ਤੁਸੀਂ ਆਂਸਰ ਦੇਣਾ, ਜਿਹਨੇ ਪਹਿਲਾਂ ਆਂਸਰ ਦਿੱਤਾ ਗਿਫਟ ਉਹਨੂੰ ਮਿਲੂਗਾ। ਸੋ ਦੇਖਦੇ ਹਾਂ ਤੁਹਾਡੇ 'ਚੋਂ ਪਹਿਲਾਂ ਉਹ ਕਿਹੜਾ ਹੋ ਸਕਦਾ ਭਾਈ, ਲੱਕੀ ਮੈਨ। ਸੋ ਆਓ ਗਾਣਾ ਇੰਜੋਏ ਕਰਦੇ ਹਾਂ, ਆਓ ਜਿਨ੍ਹਾਂ ਨੇ ਕੀਤੀ ਇਹ ਕਾਲ ਫਿਰ ਕਰਦੇ ਹਾਂ ਗੱਲ। ਹੈਲੋ, ਹੱਸਣਾ ਖੇਡਣਾ ਦਿਲ ਪਰ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਜੀਤ ਜੀ, ਸਤਿ ਸ਼੍ਰੀ ਅਕਾਲ, ਇੱਕ ਵਾਰੀ ਫੇਰ, ਬਹੁਤ ਸੋਹਣੀਆਂ ਲਾਈਨਾਂ ਜੀ। ਹੱਸਣਾ ਖੇਡਣਾ, ਹੱਸਣਾ ਖੇਡਣਾ ਦਿਲ ਪਰ ਇਸ ਦੁਨੀਆਂ ਤੇ ਕੀ ਕਹਿ ਜਾਣਾ,
ਕਿਆ ਬਾਤ ਹੈ, ਕਿਆ ਬਾਤ ਹੈ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਅੱਜ ਬਹੁਤ ਖੁਸ਼ ਲੱਗ ਰਹੇ ਹੋ, ਪਹਿਲਾਂ ਤੇ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਹਾਂਜੀ, ਬਸੰਤ ਪੰਚਮੀ ਕਰਕੇ ਹੀ ਮੇਰੇ ਨਾਲ ਮੁਲਾਕਾਤ ਹੋ ਗਈ ਜੀ। ਜੀ, ਅੱਜ ਫਿਰ ਫਾਈਨਲੀ ਆਪਾਂ ਇਹ ਸਾਡੇ ਦਿਮਾਗ 'ਚ ਇਹ ਚੀਜ਼ ਫਾਈਨਲ ਹੋ ਜਾਂਦੀ ਹੈ ਨਾ, ਅੱਜ ਤਾਂ ਠੰਡ ਤੋਂ ਖੈੜਾ ਛੁੱਟਣਾ ਸ਼ੁਰੂ। ਤੁਹਾਨੂੰ ਵੈਸੇ ਸਰਦੀ ਅੱਛੀ ਲੱਗਦੀ ਹੈ, ਗਰਮੀ ਅੱਛੀ ਲੱਗਦੀ ਹੈ? ਤੁਸੀਂ ਕਹਿ ਦੋ ਕਿ ਆਹੋ ਜੋ ਮਰਜ਼ੀ ਹੋਏ, ਦਿੱਲੀ 'ਚ ਗਰਮੀ ਵੀ ਓਨੀ ਪੈਂਦੀ ਹੈ, ਦਿੱਲੀ 'ਚ ਸਰਦੀ ਵੀ ਓਨੀ ਪੈਂਦੀ ਹੈ। ਸੋ ਜ਼ਿਆਦਾ ਕੋਈ ਵੀ ਚੀਜ਼ ਹੋਏ ਜੀ 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 ਸੋ ਕੀ ਕਹਿ ਰਹੇ ਹੋ ਜੀ? ਆਵਾਜ਼ ਘੱਟ ਰਹੀ ਹੈ ਮਨਜੀਤ ਜੀ ਤੁਹਾਡੀ। ਚਲੋ ਕੋਈ ਗੱਲ ਨਹੀਂ, ਐਨੀ ਹਾਓ ਕਾਲ ਕਰ ਦਿਓ ਪਲੀਜ਼, ਨੈਟਵਰਕ ਚੈੱਕ ਕਰਿਆ ਕਰੋ। ਸੋ ਇਹ ਸ਼ੁਭਕਾਮਨਾਵਾਂ ਦੇ ਰਹੇ ਸੀ ਜੀ ਸਭ ਜਿੰਨੇ ਵੀ ਦਰਸ਼ਕ ਵਿਊਅਰ, ਜਿੰਨੇ ਵੀ ਚੜ੍ਹਦੀ ਕਲਾ ਟਾਈਮ ਟੀਵੀ ਪ੍ਰੋਗਰਾਮ ਫੋਨ ਕਾ ਫੰਡਾ ਦੇਖ ਰਹੇ ਨੇ। ਸੋ ਇੱਕ ਦੂਜੇ ਨੂੰ ਪਿਆਰ ਦਾ ਜਦੋਂ ਸੰਦੇਸ਼ ਦਿੱਤਾ ਜਾਂਦਾ ਹੈ ਨਾ, ਜਦੋਂ ਆਪਾਂ ਕਿਸੇ ਨੂੰ ਇਸ ਤਰੀਕੇ ਨਾਲ ਵਿਸ਼ ਕਰਦੇ ਹਾਂ, ਕਿਸੇ ਦੀ ਲਈ ਸ਼ੁਭਕਾਮਨਾਵਾਂ ਕਿਸੇ ਨੂੰ ਭੇਜਦੇ ਹਾਂ, ਹੈ ਨਾ, ਸੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਸੋ ਮਨ ਆਪੇ ਹੀ ਪੋਜ਼ਿਟਿਵ ਜਿਹਾ ਕਿਤੇ ਨਾ ਕਿਤੇ ਬਣਿਆ ਰਹਿੰਦਾ। ਬਣੇ ਰਹੀਏ ਇੱਦਾਂ ਦੇ ਹੀ, ਹੱਸਦੇ ਰਹੀਏ, ਸਭ ਦੀ ਖੈਰ ਮੰਗਦੇ ਰਹੀਏ। ਗਾਣਾ ਰੈਡੀ, ਇੰਜੋਏ ਕਰਦੇ ਹਾਂ। ਕਾਲਰ ਰੈਡੀ, ਗੱਲ ਕਰਦੇ ਹਾਂ। ਹੈਲੋ, ਸਵਾਲ ਪੁੱਛਾਂ? ਹੈਲੋ, ਹਾਂਜੀ, ਮੈਂ ਕਹਿੰਦਾ ਦੋ ਪੁੱਛ ਲਓ ਚਾਹੇ ਪੁੱਛਾਂ। ਹਾਂਜੀ ਹਾਂਜੀ ਹਾਂਜੀ, ਸਵਾਲ ਪੁੱਛ ਲਿਓ, ਪਹਿਲਾਂ ਦਰਸ਼ਕਾਂ ਨੂੰ ਜਿਹੜੀ ਚੀਜ਼ ਦੱਸਣੀ ਹੁੰਦੀ ਆ ਉਹ ਤਾਂ ਦੱਸ ਦਿਓ ਯਾਰ। ਉਹ ਬਾਜੀ ਦੱਸ ਦਿਓ, ਬਾਅਦ ਚੋਂ ਕਿਉਂ ਦੱਸ ਦਿੰਦੇ ਉਹ? ਪਹਿਲਾਂ ਪ੍ਰਪੋਜ਼ ਕੀਤਾ ਸੀ, ਐਕਸੈਪਟ ਕੀਤਾ ਸੀ। ਕੀ ਕਹਿ ਰਹੇ ਹੋ? ਪ੍ਰਪੋਜ਼ ਕੀਤਾ ਸੀ ਕਿ ਐਕਸੈਪਟ ਕੀਤਾ ਸੀ? ਪ੍ਰਪੋਜ਼ ਕੀਤਾ ਸੀ ਜਾਂ ਫਿਰ ਐਕਸੈਪਟ ਕੀਤਾ ਸੀ? ਐਕਸੈਪਟ ਕੀਤਾ ਸੀ। ਤੁਹਾਨੂੰ ਕੀ ਲੱਗਦਾ ਹੈ? ਹੈ? ਤੁਹਾਨੂੰ ਕੀ ਲੱਗਦਾ? ਮੈਂ ਤਾਂ ਲੱਗਦਾ ਐਕਸੈਪਟ ਕੀਤਾ ਹੋਣਾ। ਨਹੀਂ ਫਿਰ ਅੱਜ ਤੁਸੀਂ ਹਾਰ ਗਏ। ਕੀਤਾ ਸੀ, ਹੁਣ ਤੁਸੀਂ ਦੱਸੋ ਮੈਨੂੰ ਕੀ ਕੀਤਾ ਸੀ? ਮੈਂ ਹਾਂ ਦੱਸ ਦਵਾਂ? ਮੈਂ ਕਹਿੰਦਾ ਦੱਸ ਦਿਓ। ਨਹੀਂ, ਮੈਂ ਆਪਣਾ ਨਹੀਂ ਦੱਸਣਾ। ਆਪਣਾ ਨਹੀਂ ਦੱਸਣਾ, ਕਿਉਂ, ਕੀ ਗੱਲ ਆ? ਸੰਜੇ ਮਲਿਕ ਜੀ ਯਮੁਨਾ ਨਗਰ ਤੋਂ ਸਵਾਗਤ ਹੈ। ਗਾਣਾ ਵੀ ਦੱਸ ਦਿਓ ਹੁਣ ਨਾਲ ਹੀ, ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ? ਗੁਰਨਾਮ ਭੁੱਲਰ। ਗੁਰਨਾਮ ਭੁੱਲਰ ਦਾ ਜ਼ਰੂਰ ਸੁਣਾਵਾਂਗੇ। ਜੇ ਤੁਸੀਂ ਦੱਸਣਾ ਨਹੀਂ ਚਾਹੁੰਦੇ ਤੇ ਆਪਾਂ ਐਂ ਕਰ ਲੈਂਦੇ ਹਾਂ। ਹੈਲੋ, ਪ੍ਰੋਗਰਾਮ ਦੇਖੋ ਯੂਟਿਊਬ ਤੇ ਤਾਂ ਆਉਣਾ ਹੀ ਆਉਣਾ ਆ ਜੀ, ਠੀਕ ਹੈ? ਆਪਾਂ ਐਂ ਕਰਦੇ ਤੁਹਾਡੇ ਲਾਈਵ ਦੀ ਥੋੜ੍ਹੀ ਜਿਹੀ ਪਿੱਛੇ ਚਲੇ ਜਾਂਦੇ ਹਾਂ, ਹੈ ਨਾ, ਉਸੇ ਟਾਈਮ 'ਚ ਚਲੇ ਜਾਂਦੇ ਹਾਂ। ਤੇ ਹੁਣ ਤੁਸੀਂ ਦੁਬਾਰਾ ਆਪਦੇ ਵਾਈਫ ਨੂੰ ਪ੍ਰਪੋਜ਼ ਕਰਨਾ, ਠੀਕ ਹੈ? ਅਪਲੋਡ ਹੋਏਗਾ ਉਹ, ਤੁਸੀਂ ਦੁਬਾਰਾ ਕਲਿੱਪ ਫਿਰ ਚਾਹੇ ਦਿਖਾ ਦੇਣਾ, ਚਾਹੇ ਆਵਾਜ਼ ਹੀ ਹੈ ਇਕੱਲੀ, ਪਰ ਕਿਵੇਂ ਕਰੋਗੇ ਹੁਣ ਇਹ ਦੱਸੋ ਮੈਨੂੰ। ਕੀ ਕਹਿ ਰਹੇ ਹੋ? ਤੁਹਾਡੀ ਕਲਾਸ ਚੱਲਦੀ ਹੈ, ਬੰਦਾ ਨਾ ਛੱਡੋ। ਸਾਡੀ ਕਲਾਸ 'ਚ ਆ ਕੇ ਤੁਹਾਡੀ ਕਲਾਸ ਚੱਲਦੀ ਹੈ? ਅੱਛਾ, ਕਲਾਸ ਚੱਲਦੀ ਹੈਗੀ ਹੈ, ਚਲੋ ਠੀਕ ਹੈ। ਹਾਂਜੀ, ਕਲਾਸਾਂ ਹੀ ਲਵਾਉਂਦੇ ਰਹੋ ਫਿਰ, ਤੇ ਕਲਾਸਾਂ ਹੀ ਲਾਉਂਦੇ ਰਹੋ। ਸ਼ੁਕਰੀਆ ਜੀ, ਸ਼ੁਕਰੀਆ ਸੰਜੇ ਜੀ, ਬਹੁਤ ਬਹੁਤ ਮਿਹਰਬਾਨੀ।
ਇੱਦਾਂ ਹੀ ਪਿਆਰ ਕਰਦੇ ਰਹਿਣਾ ਹੈਗਾ ਬਸ, ਜਿਹੜਾ ਆਪਣਾ ਯਾਰਾਨਾ ਬਣਿਆ ਹੈਗਾ ਸਭ ਦਾ ਇਸ ਪ੍ਰੋਗਰਾਮ ਦੇ ਜ਼ਰੀਏ ਇਹ ਬਣਾ ਕੇ ਰੱਖਣਾ ਹੈਗਾ। ਚੜ੍ਹਦੀ ਕਲਾ ਟਾਈਮ ਟੀ ਵੀ ਦੇ ਨਾਲ ਬਣੇ ਰਹਿਣਾ ਹੈਗਾ। ਸੋ ਬਸੰਤ ਦੀਆਂ ਵੀ ਢੇਰ ਸਾਰੀਆਂ ਸ਼ੁਭਕਾਮਨਾਵਾਂ, ਪਰਮਾਤਮਾ ਤੁਹਾਨੂੰ ਵੀ ਖੁਸ਼ ਰੱਖੇ। ਗਾਣਾ ਰੈਡੀ, ਗਾਣਾ ਇੰਜੋਏ ਕਰਦੇ ਹਾਂ। ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਠੀਕ ਠਾਕ ਹੋ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਕਿਵੇਂ ਹੋ? ਵਧੀਆ ਵਧੀਆ ਵਧੀਆ। ਕੀ ਨਾਮ ਹੈ ਤੁਹਾਡਾ ਜੀ? ਗੱਲ ਕਿੱਥੋਂ ਕਰ ਰਹੇ ਹੋ? ਮੈਂ ਅੱਛਾ ਜੀ, ਮਾਸਟਰ ਹੀ ਹੋ ਤੁਸੀਂ? ਹਾਂਜੀ ਹਾਂਜੀ। ਮਤਲਬ ਹਲੇ ਵੀ ਮਾਸਟਰਗਿਰੀ ਕਰ ਰਹੇ ਹੋ, ਮਤਲਬ ਪੜ੍ਹਾ ਰਹੇ ਹੋ, ਟੀਚਿੰਗ ਕਰ ਰਹੇ ਹੋ? ਹਾਂਜੀ ਹਾਂਜੀ ਹਾਂਜੀ। ਬਹੁਤ ਅੱਛੀ ਗੱਲ ਹੈ ਜੀ। ਤੇ ਕੋਈ ਏਦਾਂ ਦੀ ਗੱਲਬਾਤ, ਤੁਸੀਂ ਕੋਈ ਆਪਦਾ ਐਕਸਪੀਰੀਅੰਸ, ਜਿਹੜਾ ਪਹਿਲਾਂ ਤੇ ਇਹ ਦੱਸ ਦਿਓ ਗਾਣਾ ਕਿਹੜੇ ਸਿੰਗਰ ਦਾ ਸੁਣਨਾ, ਇਹ ਵੀ ਜ਼ਰੂਰੀ ਹੈ। ਗਿੱਪੀ ਗਰੇਵਾਲ ਦਾ ਕੋਈ ਵੀ ਲਾ ਦੀਏ, ਜ਼ਰੂਰ ਸੁਣਾਵਾਂਗੇ। ਬਸੰਤ ਪੰਚਮੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਹਾਂਜੀ ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਬਸੰਤ ਪੰਚਮੀ? ਹਾਂਜੀ। ਤੇ ਬੱਚਿਆਂ ਦੇ ਵਿੱਚ, ਅੱਜ ਦੇ ਵਿੱਚ, ਅੱਜ ਦੇ ਜਿਹੜੇ ਬੱਚੇ ਆ ਬਸੰਤ ਪੰਚਮੀ ਨੂੰ ਲੈ ਕੇ ਕੀ ਸੋਚਦੇ ਨੇ? ਜੀ ਇਹ ਥੋੜਾ ਜਿਹਾ ਡਿਸੀਜਨ ਵੀ ਨਹੀਂ ਲੈਣਾ ਚਾਹੀਦਾ ਗਾ। ਖੁੱਲੇ ਜਿਵੇਂ ਪਾਰਕ ਰੱਖ ਲਓ, ਰੱਖ ਲਓ, ਗਰਾਊਂਡ ਰੱਖ ਲਓ, ਜ਼ਰੂਰ ਮਨਾਉਣਾ ਚਾਹੀਦਾ। ਜੀ 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 ਜੀ, ਇਸ ਚੀਜ਼ ਨੂੰ ਮਨਾਉਣਾ। ਪਿਛਲੀ ਵਾਰੀ ਇਸ ਤਰ੍ਹਾਂ ਹੋਇਆ ਸੀ ਕਿ ਬੱਚੇ ਬਹੁਤ ਨੁਕਸਾਨ ਬਹੁਤ ਹੋਇਆ ਸੀ। ਮਤਲਬ ਕਿ ਚਲੋ ਠੀਕ ਹੈ, ਆਪਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਕਿਉਂਕਿ ਸਾਡੀ ਜਿਹੜੀਆਂ ਸਭਿਆਤਾਵਾਂ ਨੇ, ਸਾਨੂੰ ਇਹਨਾਂ ਚੀਜ਼ਾਂ ਤੋਂ ਪਤਾ ਚੱਲਦਾ ਹੈ ਨਾ ਕਿ ਹਿਸਟਰੀ ਹੈ ਸਾਡੇ ਬਜ਼ੁਰਗਾਂ ਨੇ ਇਸ ਚੀਜ਼ਾਂ ਨੂੰ ਕਿਵੇਂ ਹੈ ਨਾ ਦੱਸਦੇ ਸੀ। ਇੰਪੋਰਟੈਂਸ ਪਤਾ ਚੱਲਦੀ ਹੈ ਸਾਡੀ ਹਰ ਚੀਜ਼ ਦੀ, ਸਾਡੀ ਕੁਦਰਤ ਦੀ ਇੰਪੋਰਟੈਂਸ ਪਤਾ ਚੱਲਦੀ ਹੈ, ਹਰ ਇੱਕ ਚੀਜ਼ ਦੀ ਜਿਹੜੀ ਵੀ ਸਾਡੇ ਨਾਲ ਕਾਇਨਾਤ ਦੇ ਵਿੱਚ ਜੁੜੀ ਹੋਈ ਹੈ ਉਹਦੀ ਇੰਪੋਰਟੈਂਸ ਪਤਾ ਚੱਲਦੀ ਹੈ। ਸੋ ਇਹ ਚੀਜ਼ਾਂ ਜ਼ਰੂਰੀ ਨੇ, ਪਰ ਜਿੱਥੇ ਅਸੀਂ ਥੋੜ੍ਹਾ ਇਸ ਨੂੰ ਬੱਚੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੈ ਨਾ ਪਤੰਗਾਂ ਉਡਾਉਣੀਆਂ ਪਸੰਦ ਕਰਦੇ ਨੇ, ਪਤੰਗਾਂ ਉਡਾਉਂਦੇ ਨੇ, ਔਰ ਆਪਾਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਦੇਖਦੇ ਸੁਣਦੇ ਵੀ ਹੈਗੇ ਹਾਂ ਕਿ ਉਹ ਛੋਟੀ ਛੋਟੀ ਚੀਜ਼ਾਂ ਕਰਕੇ ਬਹੁਤ ਮਿਸਹੈਪਨਿੰਗ ਵੀ ਹੋ ਜਾਂਦੀਆਂ ਨੇ। ਲਾਈਕ ਆਪਾਂ ਕਿਸੇ ਪੇੜ ਆਪਣਾ ਪੰਛੀ ਵਗੈਰਾ ਦਾ ਕੋਈ ਨੁਕਸਾਨ ਕਰ ਦਿੰਦੇ ਹਾਂ ਹੈ ਨਾ। ਫਿਰ ਜਿਹੜੀਆਂ ਇਲੈਕਟ੍ਰੀਸਿਟੀ, ਬਿਜਲੀ ਦੀਆਂ ਤਾਰਾਂ ਨੇ, ਆਪਾਂ ਉਹਨਾਂ ਦੇ ਵਿੱਚ ਦੇਖਦੇ ਹਾਂ ਕਾਫੀ ਸਾਰੀਆਂ ਡੋਰਸ ਵਗੈਰਾ ਹੁੰਦੀਆਂ ਨੇ, ਪਲੱਸ ਟ੍ਰੈਫਿਕ ਦੇ ਵਿੱਚ ਚੱਲਦੇ ਹੋਏ ਕਿਸੇ ਦੇ ਇੱਦਾਂ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ। ਸੋ ਇਹ ਚੀਜ਼ ਦੇ ਮੱਦੇਨਜ਼ਰ ਇਹ ਚੀਜ਼ਾਂ ਕਰਕੇ ਆਪਾਂ ਕਿਸੇ ਖੁੱਲ੍ਹੇ ਮੈਦਾਨ ਦੇ ਵਿੱਚ ਜਾ ਕੇ ਰੈਦਰ ਦਾਨ ਘਰਾਂ ਦੀਆਂ ਛੱਤਾਂ ਦੇ ਉੱਪਰ ਚੜ੍ਹ ਕੇ ਜਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਭੱਜਦੇ ਹੋਏ, ਸੋ ਇਹ ਚੀਜ਼ਾਂ ਤੋਂ ਗੁਰੇਜ਼ ਕਰਨਾ, ਪੇਰੈਂਟਸ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣ। ਔਰ ਰਹੀ ਗੱਲ ਬਸੰਤ ਦੀ, ਤਾਂ ਬਸ ਫਿਰ ਤੋਂ ਸਭ ਦੀ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ। ਹਰ ਸਾਲ ਜਿੰਨੇ ਵੀ ਤਿਉਹਾਰ ਮਨਾਉਂਦੇ ਹਾਂ ਖੁਸ਼ੀਆਂ ਖੇੜਿਆਂ ਵਾਲੇ ਹੋਣ, ਔਰ ਕੋਈ ਵੀ ਲਾਈਫ ਦੇ ਵਿੱਚ ਕੋਈ ਵੀ ਚੀਜ਼ ਹੋ ਜਾਂਦੀ ਹੈ, ਬਸ ਹਿੰਮਤ ਨਹੀਂ ਹਾਰਨੀ, ਅੱਗੇ ਵੱਧਦੇ ਰਹਿਣਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਆਈ ਥਿੰਕ ਇਹ ਮਜ਼ਾ ਆਇਆ ਤੁਹਾਨੂੰ, ਔਰ ਜਿਹੜੀ ਗੱਲ ਮੈਂ ਕਹੀ ਆ ਯਾਦ ਰੱਖਣੀ ਆ, ਫੇਸਬੁੱਕ 'ਤੇ ਲਾਈਵ ਪ੍ਰੋਗਰਾਮ ਚੱਲਦੇ ਹੋਏ ਜੇ ਕੋਈ ਸਵਾਲ ਪੁੱਛਿਆ ਜਾਂਦਾ ਤਾਂ ਜਿਹੜਾ ਫਸਟ ਕਾਲਰ, ਮਤਲਬ ਕਾਲਰ ਨਹੀਂ, ਜਾਂ ਜਿਹੜੇ ਵੀ ਫਸਟ ਹੋਣਗੇ ਵਿਊਅਰ, ਜਿਹੜੇ ਵੀ ਆਂਸਰ ਦੇਣਗੇ ਪਹਿਲੇ ਨੰਬਰ 'ਤੇ, ਸੋ ਉਹਨਾਂ ਨੂੰ ਗਿਫਟ ਭੇਜਿਆ ਜਾਏਗਾ। ਜੀ ਹਾਂ, ਸੋ ਉਹਨਾਂ ਦਾ ਨਾਮ ਲਾਸਟ 'ਚ ਅਨਾਊਂਸ ਕੀਤਾ ਜਾਏਗਾ। ਜੀ ਉਹਦੇ ਲਈ ਕੀ ਕਰਨਾ, ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂਟਿਊਬ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਅਤੇ ਅੱਗੇ ਫੋਲੋ ਕਰਨਾ। ਹੋਰਾਂ ਨੂੰ ਵੀ ਦੱਸੋ, ਉਹਨਾਂ ਨੂੰ ਵੀ ਇਸ ਚੀਜ਼ ਦਾ ਮੌਕੇ ਦਾ ਫਾਇਦਾ ਮਿਲੇ। ਸੋ ਮੁਲਾਕਾਤ ਹੋਏਗੀ ਅਗਲੇ ਐਪੀਸੋਡ 'ਚ, ਉਦੋਂ ਤੱਕ ਹੱਸਦੇ ਰਹੋ, ਵੱਸਦੇ ਰਹੋ। ਫਿਲਹਾਲ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਗਾਣਾ ਚਲਾ ਦਿਓ। ਹਾਂ 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 ਹਾਂ।